फलक पर जितने सितारे हैं वो भी शर्माए, हो देने बाल मुझे इतनी सी जिंदगी दे दे। तीन दाहनी शौकलों की आख दे शराबी, असी केड़िया सजावा दे ਹੁਸਤਾਏ ਹੋਏ ਪੀਨੇ। ਰਾਏਕੋਟ ਅਸੀਂ ਪਹੁੰਚੇ ਅਤੇ ਅਸੀਂ ਇੱਥੇ ਦੇਖਿਆ ਤਲਵੰਡੀ ਬਾਜ਼ਾਰ, ਅਤੇ ਇੱਥੇ ਅਸੀਂ ਦੇਖਿਆ ਇੱਕ ਜਹਾਜ਼ ਜਿਹਾ ਬਣਿਆ ਹੋਇਆ, ਏਅਰ ਕੈਨੇਡਾ ਦੇ ਨਾਂ ਤੋਂ, ਰੈਸਟੋਰੈਂਟ ਹੈ, ਸ਼ੋਪ ਵੀ ਹੈ, ਅਤੇ ਇੱਥੇ ਇੱਕ ਰਿਕਸ਼ੇ ਵਾਲੇ ਵੀਰ ਸਾਨੂੰ ਮਿਲੇ ਜਿਹਨਾਂ ਨਾਮ ਹੈ ਬਲਵੀਰ ਚੰਦ ਕਲਿਆਣ ਜੀ। ਇਹਨਾਂ ਦੀ ਜਦੋਂ ਅਸੀਂ ਆਵਾਜ਼ ਸੁਣੀ ਨਾ ਮੈਨੂੰ ਬਹੁਤ ਵਧੀਆ ਲੱਗੀ, ਅਤੇ ਮੈਂ ਚਾਹੁੰਦਾ ਸੀ ਕਿ ਇਹਨਾਂ ਦੀ ਆਵਾਜ਼ ਤੁਸੀਂ ਵੀ ਸੁਣੋ, ਅਤੇ ਇਹਨਾਂ ਦੇ ਜਿਹੜੇ ਗੀਤ ਨੇ ਉਹ ਵੱਧ ਤੋਂ ਵੱਧ ਸ਼ੇਅਰ ਵੀ ਕਰੋ। ਬਲਵੀਰ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਮੁਹੰਮਦ ਰਫੀ ਸੌਂਗ ਮੈਂ ਤੁਹਾਡੇ ਅੱਗੇ ਪੇਸ਼ ਕਰਨ ਜਾ ਰਿਹਾ ਜੀ। ਦੂਰ ਰਹਿ ਕਰ ਨਾ ਕਰੋ ਬਾਤ, ਕਰੀਬ ਆ ਜਾਓ, ਯਾਦ ਰਹਿ ਜਾਏਗੀ ਯੇ ਰਾਤ, ਕਰੀਬ ਆ ਜਾਓ। ਦੂਰ ਰਹਿ ਕਰ ਨਾ ਕਰੋ ਬਾਤ, ਕਰੀਬ ਆ ਜਾਓ। ਇੱਕ ਮੁਹੱਦਤ ਸੇ ਤਮੰਨਾ ਥੀ ਤੁਮੇ ਛੂਨੇ ਕੀ, ਇੱਕ ਮੁਹੱਦਤ ਸੇ ਤਮੰਨਾ ਥੀ ਤੁਮੇ ਛੂਨੇ ਕੀ, ਅੱਜ ਬਸ ਮੇਂ ਨਹੀਂ ਜਜ਼ਬਾਤ, ਕਰੀਬ ਆ ਜਾਓ। ਦੂਰ ਰਹਿ ਕਰ ਨਾ ਕਰੋ ਬਾਤ, ਕਰੀਬ ਆ ਜਾਓ। ਸਰਦੀ ਝੋਂਕੋਂ ਸੇ ਭਟਕਤੇ ਹੈ ਬਦਨ ਮੇ ਸ਼ੋਲੇ, ਸਰਦੀ ਝੋਂਕੋਂ ਸੇ ਭਟਕਤੇ ਹੈ ਬਦਨ ਮੇ ਸ਼ੋਲੇ, ਜਾਨ ਲੇਗੀ ਯੇ ਬਰਸਾਤ, ਕਰੀਬ ਆ ਜਾਓ। ਦੂਰ ਰਹਿ ਕਰ ਨਾ ਕਰੋ ਬਾਤ, ਕਰੀਬ ਆ ਜਾਓ। ਇਸ ਤਰ੍ਹਾਂ ਹਮਸੇ ਬਿਝਕਨੇ ਕੀ ਜ਼ਰੂਰਤ ਕਿਆ ਥੀ, ਇਸ ਤਰ੍ਹਾਂ ਹਮਸੇ ਬਿਝਕਨੇ ਕੀ ਜ਼ਰੂਰਤ ਕਿਆ ਥੀ, ਜ਼ਿੰਦਗੀ ਭਰ ਕਾ ਹੈ ਅਬ ਸਾਥ, ਕਰੀਬ ਆ ਜਾਓ। ਜ਼ਿੰਦਗੀ ਭਰ ਕਾ ਹੈ ਅਬ ਸਾਥ, ਕਰੀਬ ਆ ਜਾਓ। ਯਾਦ ਰਹਿ ਜਾਏਗੀ ਯੇ ਰਾਤ, ਕਰੀਬ ਆ ਜਾਓ। ਵਾਹ ਵਾਹ ਵਾਹ, ਮਾਸਟਰ ਜੀ ਕਮਾਲ ਕਰਕੇ ਰੱਖਤਾ। ਸੋ ਵੀਰੋ ਭੈਣੋ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਇਹ ਅਸੀਂ ਸ਼ੂਟਿੰਗ ਕਰ ਰਹੇ ਹਾਂ, ਰਿਕਾਰਡਿੰਗ ਕਰ ਰਹੇ ਹਾਂ ਨਾ, ਇਹ ਅਸੀਂ ਕੋਈ ਪ੍ਰੋਫੈਸ਼ਨਲ ਮਾਈਕ ਜਿਹੜਾ ਸਿੰਗਿੰਗ ਦੇ ਲਈ ਇਸਤੇਮਾਲ ਕੀਤਾ ਜਾਂਦਾ ਉਹਦਾ ਇਸਤੇਮਾਲ ਨਹੀਂ ਕਰ ਰਹੇ, ਲੈਪਲ ਮਾਈਕ ਜਿਹੜਾ ਨੋਰਮਲ ਹੁੰਦਾ ਆਪਾਂ ਉਹਦਾ ਇਸਤੇਮਾਲ ਕਰ ਰਹੇ ਹਾਂ, ਅਤੇ ਦੂਸਰਾ ਅਸੀਂ ਕਿਸੇ ਸਟੂਡੀਓ ਵਿੱਚ ਨਹੀਂ ਬੈਠੇ, ਇੱਕ ਸ਼ੋਪ ਦੇ ਵਿੱਚ ਬੈਠੇ ਹਾਂ, ਇੱਥੇ ਇਸ ਸਾਊਂਡ ਨੂੰ ਰਿਕਾਰਡ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਜੇ ਇੱਥੇ ਇੰਨਾ ਵਧੀਆ ਸਾਊਂਡ ਆ ਰਿਹਾ, ਜਦੋਂ ਇਹ ਸੌਂਗ ਰਿਕਾਰਡ ਹੋਏਗਾ ਕਿਸੇ ਸਟੂਡੀਓ ਦੇ ਵਿੱਚ, ਤੁਸੀਂ ਆਪ ਸੋਚ ਸਕਦੇ ਹੋ ਕਿੰਨੀ ਆਵਾਜ਼ ਵਧੀਆ ਆਵਾਜ਼ ਸੁਣਨ ਨੂੰ ਮਿਲੇਗੀ। ਮਾਸਟਰ ਜੀ, ਸਭ ਤੋਂ ਪਹਿਲਾਂ ਤੁਸੀਂ ਸਾਨੂੰ ਦੱਸੋ ਕਿ ਇੰਨਾ ਵਧੀਆ ਗੀਤ ਗਾਣਾ ਆਪਣੇ ਕਿੱਥੋਂ ਸਿੱਖਿਆ? ਬਸ ਜੀ, ਮੇਰਾ ਇੱਕ ਜੀ ਬਚਪਨ ਤੋਂ ਜੀ, ਮੇਰਾ 8 ਸਾਲ ਤੋਂ ਇਹਦੇ ਨਾਲ ਮੈਨੂੰ ਲਗਾਓ ਹੋ ਗਿਆ ਸੀ ਗੀਤਾਂ ਦੇ ਨਾਲ ਜੀ। ਤੇ ਤੁਹਾਡਾ ਫੇਵਰਟ ਸਿੰਗਰ ਉਸ ਸਮੇਂ ਕੌਣ ਸੀਗਾ ਜੀ? ਉਦੋਂ ਮੇਰਾ ਜੀ ਅਸਲ ਦੇ ਵਿੱਚ ਮੇਰਾ ਜਿਹੜੇ ਰੇਡੀਓ ਟ੍ਰਾਂਸਡਿਸਟਰ, ਹਾਂਜੀ, ਉਹ ਹੁੰਦੇ ਸੀਗੇ ਜੀ,
ਤੇ ਲੱਕੜ ਦੇ ਵੀ ਹੁੰਦੇ ਸੀਗੇ ਉਹ ਕਿਸੇ ਕਿਸੇ ਦੇ ਮਤਲਬ ਘਰ 'ਚ ਪਏ ਹੁੰਦੇ ਸੀਗੇ। ਠੀਕ ਹੈ ਜੀ। ਔਰ ਇਹਦੀਆਂ ਕੁਛ ਫਰਮਾਇਸ਼ਾਂ ਹੁੰਦੀਆਂ ਸੀਗੀਆਂ ਜੀ, ਇੱਕ ਆਲ ਇੰਡੀਆ 'ਤੇ ਫਰਮਾਇਸ਼ ਹੁੰਦੀ ਸੀ, ਇੱਕ ਜਲੰਧਰ 'ਤੇ ਜੀ, ਅਤੇ ਰਾਤ ਨੂੰ ਮੈਂ ਕਦੇ ਕਦੇ ਵਿਧ ਭਾਰਤ ਵੀ ਮੈਂ ਸੁਣ ਲੈਂਦਾ ਸੀ, ਅਤੇ ਇਹ ਫਰਮਾਇਸ਼ਾਂ ਨੂੰ 1-8 ਵਜੇ ਆਉਂਦੀ ਸੀਗੀ ਫਰਮਾਇਸ਼, ਉਹ ਮੈਂ ਘੰਟਾ ਅੱਧਾ ਘੰਟਾ ਮੈਂ ਸੁਣ ਕੇ ਆਪਦੀ ਡਿਊਟੀ 'ਤੇ। ਹਾਂਜੀ ਹਾਂਜੀ, ਵੀ ਇਹ ਫਰਮਾਇਸ਼ਾਂ ਜੀ ਮੈਂ ਬਚਪਨੇ ਤੋਂ ਸੁਣ ਸੁਣ ਕੇ ਇਹਨਾਂ ਨੂੰ ਫਿਰ ਮੈਂ ਜੋ ਹੈਗੇ ਸੀਗੇ ਸਿੰਗਰ ਵਧੀਆ ਕਲਾਕਾਰ, ਮੁਹੰਮਦ ਰਫੀ ਹੋ ਗਿਆ, ਮੁਕੇਸ਼ ਹੋ ਗਿਆ, ਕਿਸ਼ੋਰ ਕੁਮਾਰ ਜੀ ਦਾ ਚਲੋ ਉਦੋਂ ਇੰਨਾ ਹੈ ਨਹੀਂ ਸੀਗੇ, ਔਰ ਮੈਂ ਇਹਨਾਂ ਨੂੰ ਮੁਹੰਮਦ ਰਫੀ ਅਤੇ ਮੁਕੇਸ਼ ਨੂੰ ਜੀ ਬਹੁਤ ਜ਼ਿਆਦਾ ਮੈਂ ਖੁਸ਼ ਹੋ ਕੇ ਇਹਨਾਂ ਦਾ ਮੈਂ ਆਪਦੇ ਅੰਦਰ ਵਸਾਇਆ ਸੰਗੀਤ। ਠੀਕ ਹੈ। ਇਹ ਤਾਂ ਆਪ ਜੀ ਨੇ ਗੱਲ ਕੀਤੀ ਜੀ ਜਿਵੇਂ ਪੁਰਾਣੇ ਸਿੰਗਰ ਨੇ ਉਹਨਾਂ ਦੀ, ਪੰਜਾਬ ਦੇ ਵਿੱਚ ਵੀ ਬਹੁਤ ਬੁਲੰਦ ਆਵਾਜ਼ ਦੇ ਸਿੰਗਰ ਨੇ, ਪੰਜਾਬੀ ਸਿੰਗਰਾਂ ਵਿੱਚੋਂ ਆਪ ਜੀ ਨੂੰ ਕਿਹੜਾ ਲੱਗਦਾ ਕਿ ਬਹੁਤ ਬੈਸਟ ਹੈ ਜੋ? ਮੈਂ ਜੀ ਪੰਜਾਬੀ ਕਲਾਕਾਰਾਂ ਦੇ ਵਿੱਚੋਂ ਮੈਨੂੰ ਇੱਕੋ ਬੰਦੇ ਦਾ ਗਾਣਾ ਜੀ ਮੈਨੂੰ ਪਸੰਦ ਆ ਜੀ ਕਲਾਕਾਰ ਦਾ, ਉਹ ਹੈਗਾ ਨਛੱਤਰ ਗਿੱਲ। ਨਛੱਤਰ ਗਿੱਲ? ਹਾਂਜੀ, ਉਹਦਾ ਗਾਣਾ ਆਇਆ ਸੀਗਾ ਪੀਣ ਦਾ ਨੀ ਸ਼ੌਕ ਮੈਂ। ਅੱਛਾ। ਆਖਦੇ ਸ਼ਰਾਬੀ, ਮੈਨੂੰ ਉਹਦਾ ਤਾਂ ਵਧੀਆ ਲੱਗਣ ਲੱਗ ਗਿਆ ਸੀ। ਇਹਦਾ ਕਾਰਨ ਕੀ ਹੈ ਕਿ ਆਪ ਜੀ ਨੂੰ ਉਹੀ ਗੀਤ ਅਤੇ ਨਛੱਤਰ ਗਿੱਲ ਕਿਉਂ ਪਸੰਦ ਹੈ? ਉਹ ਜੀ ਉਹਨਾਂ ਨੇ ਕੁਛ ਤਾਂ ਜੀ ਲੋਕਾਂ ਨੂੰ ਵੀ ਰਸਤੇ ਪਾਉਣ ਵਾਲੀ ਗੱਲ ਕੀਤੀ। ਅੱਛਾ। ਜਾਂ ਉਹਨਾਂ ਨੂੰ ਪੀਣ ਦੇ ਵਿੱਚ ਲਾ ਲਓ ਜਾਂ ਕਿਵੇਂ ਵੀ ਲਾ ਲਓ, ਦੁਨੀਆਂ ਨੂੰ ਮੰਨ ਲਓ ਸੁਧਾਰਨ ਵਾਸਤੇ ਗੀਤ ਗਾਇਆ, ਅਤੇ ਮੈਨੂੰ ਉਹਨਾਂ ਦੀ ਆਵਾਜ਼ ਆ ਜਿਹੜੀ ਬੜੀ ਜੀ ਮੇਰੇ ਅੰਦਰ ਬਸ ਗਈ ਸੀ। ਕੀ ਤੁਸੀਂ ਉਸ ਗੀਤ ਦੇ 2 ਲਾਈਨ ਸੁਣਾ ਸਕਦੇ ਹੋ? ਹਾਂਜੀ, ਜਿੰਨਾ ਗਾਉਂਦਾ ਸੁਣਾਓ। ਜ਼ਰੂਰ ਜ਼ਰੂਰ ਜ਼ਰੂਰ। ਪੀਣ ਦਾ ਨੀ ਸ਼ੌਕ ਲੋਕੀ ਆਖਦੇ ਸ਼ਰਾਬੀ, ਅਸੀਂ ਤੇਰੀਆਂ ਸਜਾਵਾਂ ਦੇ ਹੁਸਤਾਏ ਹੋਏ ਪੀਨੇਆ। ਪੀਣ ਦਾ ਨੀ ਸ਼ੌਕ ਲੋਕੀ ਆਖਦੇ ਸ਼ਰਾਬੀ, ਅਸੀਂ ਕਿਹੜੀਆਂ ਸਜਾਵਾਂ ਦੇ ਹੁਸਤਾਏ ਹੋਏ ਪੀਨੇਆ। ਪੀਣ ਦਾ ਨੀ ਸ਼ੌਕ ਲੋਕੀ ਆਖਦੇ ਸ਼ਰਾਬੀ। ਜਿਹੜੇ ਪੰਜਾਬੀ ਗੀਤ ਆ ਜੀ ਉਹ ਮੈਂ ਫਿਲਮੀ ਗਾਇਆ ਜੀ। ਫਿਲਮੀ? ਹਾਂਜੀ, ਫਿਲਮੀ ਪੰਜਾਬੀ ਗੀਤ ਮੈਂ ਗਾਇਆ, ਜਿਵੇਂ ਪੁੱਤ ਜੱਟਾਂ ਦੇ, ਪੁੱਤ ਜੱਟਾਂ ਦੇ, ਚੰਨ ਪਰਦੇਸੀ, ਵਾਹ, ਮਾਹੀ ਮੁੰਡਾ ਜੀ, ਲੌਂਗ ਦਾ ਲਸ਼ਕਾਰਾ, ਲੌਂਗ ਲਸ਼ਕਾਰਾ। ਹਾਂਜੀ, ਇਹ ਜਿਹੜੇ ਪਹਿਲਾਂ ਪੁਰਾਣੀਆਂ ਫਿਲਮਾਂ ਦੇ ਪੰਜਾਬੀ ਗਾਣੇ ਸੀ ਉਹ ਮੈਂ ਖਾਸ ਕਰਕੇ ਇਹੀ ਗਾਉਂਦਾ ਸੀਗਾ ਜੀ। ਜਿਵੇਂ ਮਾਸਟਰ ਜੀ ਕੁਲਦੀਪ ਮਾਨਕ ਜੀ ਹੋਏ, ਚਮਕੀਲਾ ਜੀ ਹੋਏ, ਜਾਂ ਬਿੰਦਰਖੀਆ ਜੀ, ਬਿੰਦਰਖੀਆ ਜੀ ਤਾਂ ਕਹਿੰਦੇ ਨੇ ਹੇਕ ਦਾ ਮੁਕਾਬਲਾ ਕੋਈ ਕਰ ਹੀ ਨਹੀਂ ਸਕਦਾ, ਅਤੇ ਇਹਨਾਂ ਵਿੱਚੋਂ ਕੋਈ ਸਿੰਗਰ ਜਿਨ੍ਹਾਂ ਦੇ ਕੋਈ ਗੀਤ ਆਪ ਵੀ ਗਾਉਣਾ ਚਾਹੋ? ਦੇਖੋ ਜੀ, ਨਾ ਤਾਂ ਜੀ ਮੈਂ ਸੁਣਿਆ ਬਹੁਤ ਆ ਬਿੰਦਰ ਰੱਖੀ ਨੂੰ ਜੀ ਜੀ ਜੀ, ਔਰ ਗਾਣੇ ਮੈਨੂੰ ਇਹਦੇ ਵਧੀਆ ਵੀ ਲੱਗੇ ਆ, ਬਹੁਤ ਪਸੰਦ ਆਏ ਮੈਨੂੰ ਗਾਣੇ। ਹਾਂਜੀ, ਪਰ ਮੈਂ ਇਹਨਾਂ ਦੇ ਗਾਣੇ ਗਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਕਿਉਂਕਿ ਉਹਨਾਂ ਦੀ ਆਵਾਜ਼ ਬੜੀ ਬੁਲੰਦ ਸੀ। ਹਾਂਜੀ, ਔਰ ਆਵਾਜ਼ ਗਾ ਵੀ ਲਵਾਂਗੇ ਜੀ ਜੀ ਜੀ, ਔਰ ਮੈਂ ਮਨ ਦੇ ਵਿੱਚ ਜਿੰਨੀ ਤਾਂ ਹੈ ਵੀ ਇਹਦੇ ਬੋਲ ਕਦੇ ਯਾਦ ਨਹੀਂ ਕੀਤੇ ਜੀ। ਠੀਕ ਹੈ ਜੀ। ਕੋਈ ਸਿੰਗਰ ਆਸਾ ਸਿੰਘ ਮਸਤਾਨਾ ਜੀ ਹੋ ਗਏ, ਜਾਂ ਮੈਂ ਗਾਉਂਦਾ ਸੀਗਾ ਸ਼ੁਰੂ ਤੋਂ ਤੇਰੇ ਨੇ ਕਰਾਰਾ ਮੈਨੂੰ ਪੱਟਿਆ, ਦੱਸ ਮੈਂ ਕਿ ਪਿਆਰ ਵਿੱਚੋਂ ਖਟਿਆ। ਤੇਰੇ ਨੇ ਕਰਾਰਾ ਮੈਨੂੰ ਪੱਟਿਆ, ਦੱਸ ਮੈਂ ਕਿ ਪਿਆਰ ਵਿੱਚੋਂ ਖਟਿਆ। ਤੇਰੇ ਨੇ ਕਰਾਰਾ ਮੈਨੂੰ ਪੱਟਿਆ, ਉਹ ਗੱਲ ਕਰ ਲੋਕੀ ਪਾਉਣ ਨੀ ਕਹਾਣੀਆਂ, ਉਹ ਗੱਲ ਕਰ ਲੋਕੀ ਪਾਉਣ ਨੀ ਕਹਾਣੀਆਂ। ਮੇਰਾ ਤੇਰੇ ਹੱਥ ਜ਼ੋਰ, ਮੇਰਾ ਚੱਲਣਾ ਨੀ ਜ਼ੋਰ, ਐਵੇਂ ਜਮਲਾ ਬਣਾ ਕੇ ਪਰਾ ਸੁੱਟਿਆ। ਮੈਂ ਕਿ ਪਿਆਰ ਵਿੱਚੋਂ ਖਟਿਆ, ਮੈਨੂੰ ਤੇਰਿਆਂ ਕਰਾਰਾ ਮੈਨੂੰ ਪੱਟਿਆ। ਮੈਂ ਕਿ ਪਿਆਰ ਵਿੱਚੋਂ ਖਟਿਆ। 12-13 ਗਾਣੇ ਨਾ ਮੈਂ ਫਿਲਮੀ ਮਿਊਜ਼ਿਕ 'ਤੇ ਮਤਲਬ ਟਰੈਕ 'ਤੇ ਉਹ ਗਾਇਆ ਜੀ। ਆਪਣੇ ਗਾਏ ਨੇ? ਆਪਦੇ ਗਾਇਆ ਜੀ। ਅੱਛਾ। ਆਪ ਆਵਾਜ਼ ਮਿਲਾਈ ਹੈ ਟਰੈਕ ਨਾਲ, ਹਿੰਦੀ ਮਿਊਜ਼ਿਕ ਨਾਲ, ਬੰਬੇ ਮਿਊਜ਼ਿਕ। ਲਿਖੇ ਵੀ ਆਪਣੇ ਜਾਂ ਇਕੱਲੇ ਗਾਏ? ਨਹੀਂ ਜੀ, ਹਿੰਦੀ ਗਾਏ। ਹਿੰਦੀ ਗਾਏ ਨੇ? ਠੀਕ ਹੈ, ਓਕੇ। ਜੋ ਮੁਹੰਮਦ ਰਫੀ ਦੇ ਪੁਰਾਣੇ ਗਾਣੇ ਆ ਉਹ ਮੈਂ ਮਤਲਬ ਇਹਦੇ ਮਤਲਬ ਜੋ ਵੀ ਮਿਊਜ਼ਿਕ ਆ
ਉਹ 뮤직 ਤੇ ਮੈਂ ਗਾਇਆ ਜੀ ਗਾਏ ਨੇ ਹਾਂਜੀ ਆਵਾਜ਼ ਮਤਲਬ ਕਿਵੇਂ ਗਾਏ ਕਿਸੇ ਕੰਪਨੀ ਚ ਰਿਕਾਰਡਿੰਗ ਕੰਪਨੀ ਚ ਇੱਥੇ ਜੀ ਆਪਣੇ ਦਫ਼ਤਰ ਜੀ ਰਿੰਪਾ ਸਾਊਂਡ ਰਿੰਪਾ ਸਾਊਂਡ ਠੀਕ ਹੈ ਜੀ ਹਾਂਜੀ ਮਸ਼ਹੂਰ ਬਹੁਤ ਹੈ ਜੀ ਉਹਨਾਂ ਨੇ ਜੀ ਮੇਰੇ ਉੱਥੇ ਦੁਕਾਨ ਤੇ ਮੈਂ ਬਹਿੰਦਾ ਉੱਠਦਾ ਸੀ ਉਹਨਾਂ ਗਲੇ ਉਹਨਾਂ ਨੇ ਇੱਕ ਦਿਨ ਉਹ ਲਾਤਾ ਟਰੈਕ ਲਾਤਾ ਮੈਨੂੰ ਕਹਿੰਦੇ ਸਰ ਜੀ ਤੇ ਗਾਓ ਠੀਕ ਹੈ ਮੈਂ ਦੋ ਤਿੰਨ ਕੁ ਵਾਰੀ ਮੈਂ ਉਹ ਕੀਤਾ ਤਾਂ ਮੈਂ ਚੌਥੀ ਵਾਰ ਜੀ ਮੈਂ ਉਹ ਗਾਤਾ ਠੀਕ ਹੈ ਬਿਲਕੁਲ ਪ੍ਰੋਪਰ ਆਇਆ ਸਹੀ ਬਹੁਤ ਵਧੀਆ ਆਇਆ ਠੀਕ ਹੈ ਜੀ ਉਹ ਕਹਿੰਦੇ ਜੀ ਇੱਕ ਹੋਰ ਲਾਓ ਠੀਕ ਹੈ ਫਿਰ ਉਹਨਾਂ ਨੇ ਹੋਰ ਵੀ ਕਰਾਇਆ ਠੀਕ ਹੈ ਦੋ ਗਾਣੇ ਜੀ ਨੇ ਤਾਂ ਮੇਰੇ ਤੋਂ ਜੀ ਰੋਜ਼ ਕਰਾਉਂਦੇ ਸੀ ਦੋ ਗਾਣੇ ਰੋਜ਼ ਕਰਾਉਂਦੇ ਫਿਰ ਉਸ ਜਿਹੜੇ ਗੀਤ ਰਿਕਾਰਡ ਹੋਏ ਉਹਨਾਂ ਨੇ ਹਾਂਜੀ ਭੇਜਦੇ ਸੀਗੇ ਜੀ ਅੱਛਾ ਤੇ ਇੱਕ ਵਾਰੀ ਉਹਨਾਂ ਨੇ ਮੈਨੂੰ ਦੱਸਿਆ ਵੀ ਤੇਰਾ 25,000 ਵੀਊ ਲੈਕ ਹੋ ਗਿਆ ਅੱਛਾ ਉਸ ਤੋਂ ਬਾਅਦ ਮੈਨੂੰ ਉਹ ਦੱਸਣੋਂ ਹਟ ਗਈ ਅੱਛਾ ਨਹੀਂ ਉਹ ਆਡੀਓ ਜਿਹੜੀ ਰਿਕਾਰਡ ਕੀਤੀ ਆਪ ਜੀ ਦੀ ਉਹ ਕਿਸੇ ਚੈਨਲ ਤੇ ਉਹਨਾਂ ਨੇ ਅਪਲੋਡ ਕੀਤੀ ਸੀ ਉਹ ਹਾਂਜੀ ਨਹੀਂ ਚੈਨਲ ਤਾਂ ਨਹੀਂ ਜੀ ਉਹਨੇ ਪ੍ਰਾਈਵੇਟ ਕੀਤੀ ਸੀਗੀ ਪ੍ਰਾਈਵੇਟ ਕਿਤੇ ਕੀਤੀ ਸੀ ਹਾਂਜੀ ਉਹ ਮੈਨੂੰ ਕਹਿੰਦੇ ਸੀ ਵੀ ਆਪਾਂ ਆਵਾਜ਼ ਤੇਰੀ ਅੱਗੇ ਜਾ ਕੇ ਵੀ ਆਪਾਂ ਸ਼ੋਅ ਕਰਾਂਗੇ ਤੇ ਉਹ ਆਪ ਜੀ ਦਾ ਉਹਨਾਂ ਨੇ ਕੰਟੈਕਟ ਨੰਬਰ ਵਗੈਰਾ ਪਾਇਆ ਸੀ ਮਤਲਬ ਆਪ ਜੀ ਨਾਲ ਕਿਵੇਂ ਸੰਪਰਕ ਕੀਤਾ ਉਹਨਾਂ ਨੇ ਆਪਦਾ ਹੀ ਪਾਇਆ ਜੀ ਅੱਛਾ ਆਪ ਜੀ ਦਾ ਨਹੀਂ ਪਾਇਆ ਮੇਰਾ ਨਹੀਂ ਪਾਇਆ ਉਹਨਾਂ ਨੇ ਆਪਦਾ ਹੀ ਪਾਇਆ ਵਾ ਉਹਨਾਂ ਨੇ ਆਪਦਾ ਹੀ ਨੰਬਰ ਲੇਕਿਨ ਅਸੀਂ ਇਹ ਚਾਹਾਂਗੇ ਕਿ ਤੁਸੀਂ ਆਪਣਾ ਸੰਪਰਕ ਨੰਬਰ ਦੱਸੋ ਸਾਡੇ ਦਰਸ਼ਕਾਂ ਜਿਹੜੇ ਦੇਖ ਰਹੇ ਨੇ ਤੋ ਤਾਂ ਕਿ ਜੇ ਕੋਈ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ ਡਾਇਰੈਕਟ ਤੁਹਾਡੇ ਨਾਲ ਰਾਬਤਾ ਕਰੇ ਤਾਂ ਆਪਣਾ ਫੋਨ ਨੰਬਰ ਜ਼ਰੂਰ ਬੋਲ ਕੇ ਦੱਸ ਦਿਓ ਜੀ ਠੀਕ ਹੈ ਜੀ 6834 ਜੀ 88861 ਇੱਕ ਵਾਰੀ ਹੋਰ ਜੀ 6834 88861 ਅਤੇ ਆਪ ਜੀ ਦੀ ਰਿਹਾਇਸ਼ ਕਿੱਥੇ ਹੈ ਇਹ ਵੀ ਦੱਸ ਦਿਓ ਜੀ ਮੈਂ ਬੱਸ ਸਟੈਂਡ ਰੋਡ ਜੀ ਬੱਸ ਸਟੈਂਡ ਦੀ ਬੈਕ ਸਾਈਡ 'ਤੇ ਜੀ ਨਾਨਕ ਸਰੀਆਂ ਜੀ 68 68 ਦੇ ਨਜ਼ਦੀਕ ਹੀ ਜੀ ਮੈਂ ਰਹਿ ਰਿਹਾ ਜੀ ਅੱਛਾ ਰਿਹਾਇਸ਼ ਆਪਣੀ ਹੈ ਜੀ ਹਾਂਜੀ ਆਪਣੀ ਰਿਹਾਇਸ਼ ਹੈ ਜੀ ਠੀਕ ਹੈ ਹਾਂਜੀ ਰੈਕੋਰਡ ਦੇ ਜੱਦੀ ਜੀ ਬੱਸ ਹੀ ਰੈਕੋਰਡ ਦੇ ਅਸੀਂ ਰਹਿਣ ਵਾਲੇ ਹਾਂ ਜੀ ਠੀਕ ਹੈ ਹਾਂਜੀ ਮਾਸਟਰ ਜੀ ਪਰਿਵਾਰ 'ਚ ਹੋਰ ਕੌਣ ਕੌਣ ਹੈ ਪਰਿਵਾਰ 'ਚ ਜੀ ਮੇਰੇ ਬੱਚੇ ਆ ਜੀ ਅਤੇ ਮਤਲਬ ਭੈਣ ਭਰਾ ਤਾਂ ਅਲੱਗ ਨੇ ਅਤੇ ਮੈਂ ਆ ਜੀ ਮੇਰੀ ਮਤਲਬ ਘਰ ਵਾਲੀ ਆ ਦੋ ਮੁੰਡੇ ਨੇ ਜੀ ਅਤੇ ਨੂੰਹ ਆ ਜੀ ਬਸ ਠੀਕ ਹੈ ਨਹੀਂ ਬੱਚਿਆਂ ਨੇ ਕਦੀ ਕਿਹਾ ਨਹੀਂ ਕਿ ਆਪਾਂ ਤੁਸੀਂ ਬਹੁਤ ਸੋਹਣਾ ਕਰਨੇ ਹੋ ਬਹੁਤ ਜ਼ਿਆਦਾ ਜੀ ਕਿਤੇ ਕੋਈ ਕੰਪਨੀ ਵਗੈਰਾ 'ਚ ਰਿਕਾਰਡ ਕਰਾਇਆ ਜੀ ਹੈ ਹਾਂਜੀ ਉਹਨਾਂ ਤਾਂ ਜ਼ਰੂਰ ਕਿਹਾ ਜੀ ਪਰ ਥੋੜ੍ਹੀ ਜਿਹੀ ਗਰੀਬੀ ਦਾ ਮਤਲਬ ਹੋ ਜਾਂਦਾ ਜੀ ਉਹ ਉੱਥੇ ਤੱਕ ਜਾਣ ਦੀ ਨਹੀਂ ਪਹੁੰਚੀ ਔਰ ਮੈਨੂੰ ਬਹੁਤ ਦੁਨੀਆਂ ਨੇ ਕਿਹਾ ਉੱਥੇ ਲੈ ਜਾਵਾਂਗੇ ਉੱਥੇ ਲੈ ਜਾਵਾਂਗੇ ਉੱਥੇ ਲੈ ਜਾਵਾਂਗੇ ਇੱਕ ਵਾਰੀ ਜੀ ਪਟਿਆਲੇ ਆਏ ਪਟਿਆਲੇ ਮੈਂ ਦੋਸਤ ਨੂੰ ਮਿਲਣ ਗਿਆ ਦੋਸਤ ਮੇਰਾ ਜੀ ਉੱਥੇ ਲੱਗਿਆ ਸੀਗਾ 뮤직 ਸੈਂਟਰ 'ਚ ਅੱਛਾ ਜੀ ਉਹ ਨਵਾਂ ਸਟੂਡੀਓ ਖੁੱਲ੍ਹਿਆ ਸੀਗਾ ਉੱਥੇ ਮਤਲਬ ਬਹੁਤ ਪੰਜਾਬ ਦੇ ਕਲਾਕਾਰਾਂ ਨੇ ਆਉਣਾ ਸੀ ਠੀਕ ਹੈ ਜੀ ਉਦਘਾਟਨ 'ਤੇ ਅਸੀਂ ਉਦਘਾਟਨ ਤੋਂ ਦੋ ਦਿਨ ਪਹਿਲਾਂ ਗਏ ਉੱਥੇ ਤਾਂ ਅੰਦਰ ਜਾ ਕੇ ਮੈਂ ਮਤਲਬ ਦੇਖਿਆ ਜਦੋਂ ਬੜਾ ਮੇਰਾ ਮਨ ਮਤਲਬ ਖੁਸ਼ ਹੋਇਆ ਵੀ ਬਹੁਤ ਵਧੀਆ ਬਣਾਈ ਹੋਈ ਚੀਜ਼ ਠੀਕ ਹੈ ਜੀ ਤਾਂ ਜੋ ਮੇਰੇ ਦੋਸਤ ਨੇ ਕਿਹਾ ਮੈਨੇਜਰ ਨੂੰ ਕਹਿੰਦਾ ਮੈਨੇਜਰ ਸਾਹਿਬ ਇਹ ਮੇਰਾ ਕਹਿੰਦਾ ਦੋਸਤ ਨਹੀਂ ਮੇਰਾ ਭਤੀਜਾ ਵੀ ਮੇਰਾ ਭਰਾ ਵੀ ਆ ਵੀ ਇਹਦੀ ਇਹ ਗਾਉਂਦਾ ਬਹੁਤ ਵਧੀਆ ਵਾ ਵੀ ਇਹਦੀ ਆਵਾਜ਼ ਮਾੜੀ ਜੀ ਆਪਣੇ ਦੇਖਿਓ ਦਾ ਇਹਨੂੰ ਸੈੱਟ ਵਿੱਚ ਹੈ ਕਿ ਨਹੀਂ ਹੈ ਸੈੱਟ ਉਹ ਕਹਿੰਦਾ ਜੀ ਗੱਲ ਹੀ ਕੋਈ ਨਹੀਂ ਜੀ ਤੁਹਾਡਾ ਨਹੀਂ ਸਾਡਾ ਆਪਦਾ ਹੀ ਭੈਣ ਭਰਾ ਵਾ ਤਾਂ ਮੈਨੇਜਰ ਨੇ ਜੀ ਮੈਨੂੰ ਉੱਥੇ ਸਟੂਡੀਓ ਵਿੱਚ ਖੜਾ ਕੇ ਵਧੀਆ ਢੰਗ ਨਾਲ ਤਾਂ ਉਹਨੇ ਜਦੋਂ ਮਤਲਬ ਛੱਡਿਆ ਤਾਂ ਮੈਨੂੰ ਕਹਿੰਦਾ ਜੀ ਸੁਣਾਓ ਕੁਛ ਮੈਂ ਕਿਹਾ ਜੀ ਕੀ ਸੁਣਾਵਾਂ ਦੱਸੋ ਕਹਿੰਦੇ ਜੋ ਵੀ ਹਿੰਦੀ ਗਾਣਾ ਜਿਹੜਾ ਵੀ ਤੁਹਾਡੇ ਮਨ ਪਸੰਦ ਆ ਉਹ ਸੁਣਾ ਦਿਓ ਮੈਂ ਜੀ ਫਿਰ ਉੱਥੇ ਗਾਇਆ ਗਾਣਾ ਗਮ ਉਠਾਣੇ ਕੇ ਲਈ ਮੈਂ ਤੋ ਜੀ ਜਾਊਂਗਾ ਇਹ ਗਾਣਾ ਜਦੋਂ ਮੈਂ ਸੁਣਾਇਆ ਤਾਂ ਮੈਨੇਜਰ ਨੇ ਮੈਨੂੰ ਘੁੱਟ ਕੇ ਜੱਫੀ 'ਚ ਲੈ ਲਿਆ ਕਹਿੰਦਾ ਅਖੇ ਹੀਰੇ ਨੂੰ ਕਹਿੰਦਾ ਲੋਕ ਕਿੱਥੇ ਕਿੱਥੇ ਭਾਲਦੇ ਹੀਰੇ ਕਹਿੰਦਾ ਸਾਡੇ ਕੋਲ ਹੀ ਆ ਗਏ ਮੈਂ ਕਿਹਾ ਜੀ ਇਹ ਸਭ ਜੀ ਤੁਹਾਡਾ ਹੀ ਪ੍ਰਤਾਪ ਹੈ ਜੀ ਭੈਣ ਭਰਾਵਾਂ ਦਾ ਅਤੇ ਉਹ ਕਹਿੰਦਾ ਜੀ ਤੁਸੀਂ ਵੀ ਇੱਥੇ ਰਹੋ ਕੋਈ ਰਿਲੀਜ਼ ਵੀ ਕੀਤਾ ਗਿਆ ਗੀਤ ਕੋਈ ਉਹਨਾਂ ਜੀ ਵੈਸੇ ਹੀ ਉਹਨਾਂ ਨੇ ਉੱਦਾਂ ਦੇਖਿਆ ਸੀਗਾ ਜੀ ਰਿਕਾਰਡਿੰਗ ਸੀ ਕੀਤਾ ਰਿਕਾਰਡ ਨਹੀਂ ਠੀਕ ਹੈ ਅਤੇ ਮੈਨੂੰ ਕਹਿੰਦੇ ਜੀ ਤੁਸੀਂ ਇੰਝ ਕਰੋ ਵੀ ਦੋ ਦਿਨ ਇੱਥੇ ਰਹੋ ਮੈਂ ਸ਼ੁੱਕਰਵਾਰ ਗਿਆ ਸੀਗਾ ਜੀ ਐਤਵਾਰ ਨੂੰ ਉਦਘਾਟਨ ਸੀ ਉਹਦਾ ਠੀਕ ਹੈ ਅਤੇ ਮੈਨੂੰ ਕਹਿੰਦੇ ਤੁਸੀਂ ਜੀ ਦੋ ਦਿਨ ਇੱਥੇ ਰਹੋ ਹਾਲਾਂਕਿ ਮੈਨੂੰ 5 ਦਿਨ ਉੱਥੇ ਗਏ ਨੂੰ ਹੋ ਗਏ ਸੀ ਜੀ ਮੈਨੂੰ ਆ ਨਹੀਂ ਸੀ ਦਿੰਦੇ ਅੱਛਾ ਉਹ ਕਹਿੰਦੇ ਸੀ ਅੱਜ ਵੀ ਰਹੋ ਮੈਨੂੰ ਆ ਨਹੀਂ ਸੀ ਦਿੰਦੇ 5 ਦਿਨ ਮੈਨੂੰ ਪਹਿਲਾਂ ਹੋ ਗਏ ਸੀਗੇ 2 ਦਿਨ ਕਹਿੰਦੇ ਸੀ ਹੋਰ ਰਹੋ ਅਤੇ ਮੈਂ ਕਿਹਾ ਜੀ ਮੈਂ ਚਲੋ ਜੀ ਮੈਂ ਇੱਕ ਵਾਰੀ ਮੈਂ ਕਿਹਾ ਮੈਂ ਰੈਕੋਰਡ ਗਿਆ ਵਾਂ ਮੈਂ ਸ਼ਨੀਵਾਰ ਜ਼ਰੂਰ ਆ ਜਾਊਂਗਾ ਠੀਕ ਹੈ
ਮਾਸਟਰ ਜੀ ਹੁਣ ਮੈਂ ਚਾਹਾਂਗਾ ਕਿ ਆਪ ਜੀ ਸਾਨੂੰ ਜਾਂਦੇ ਜਾਂਦੇ ਉਹ ਜਿਹੜਾ ਗੀਤ ਗਮ ਉਠਾਣੇ ਕੇ ਲੀਏ ਮੈਂ ਤੁਹਾਨੂੰ ਗੀਤ ਜਾਊਂਗਾ ਜਾਂਦੇ ਜਾਂਦੇ ਉਹ ਜ਼ਰੂਰ ਸੁਣਾਓ ਜੀ। ਦੱਸੋ ਇੱਕ ਆਖਰੀ ਗੀਤ ਇਹਨਾਂ ਤੋਂ ਸੁਣਦੇ ਹਾਂ ਇਸ ਵੀਡੀਓ ਦੇ ਵਿੱਚ, ਅੱਧਾ ਇਹਨਾਂ ਦੇ ਗੀਤ ਆਉਂਦੇ ਰਹਿਣਗੇ ਇਸ ਵੀਡੀਓ ਵਿੱਚ ਜਿਹੜਾ ਆਖਰੀ ਗੀਤ ਹੋਏਗਾ ਜੀ। ਪਲਕ ਪਰ ਦਿੱਤੀ ਨੇ ਸਿਤਾਰੇ ਹੈ ਬੋ ਵੀ ਸ਼ਰਮਾਏ, ਹੋ ਦਿਨ ਬਾਲ ਮੁਝੇ ਇਤਨੀ ਸੀ ਜ਼ਿੰਦਗੀ ਦੇ ਦੇ, ਯਹੀ ਸਜ਼ਾ ਹੈ ਮੇਰੀ ਮੌਤ ਵੀ ਨਾ ਆਏ ਮੁਝੇ, ਕਿਸੀ ਕੋ ਚੈਨ ਮਿਲੇ ਮੁਝ ਕੋ ਬੇਕਲੀ ਦੇ ਦੇ, ਗਮ ਉਠਾਣੇ ਕੇ ਲੀਏ ਮੈਂ ਤੋ ਜੀਏ ਜਾਊਂਗਾ, ਸਾਜ ਕੀ ਲੈ ਪੇ ਤੇਰਾ ਨਾਮ ਲੀਏ ਜਾਊਂਗਾ, ਗਮ ਉਠਾਣੇ ਕੇ ਲੀਏ ਮੈਂ ਤੋ ਜੀਏ ਜਾਊਂਗਾ। ਹਾਏ ਤੂਨੇ ਮੁਝੇ ਉਲਫਤ ਕੇ ਸਿਵਾ ਕੁਛ ਨਾ ਦਿਆ, ਔਰ ਮੈਨੇ ਤੁਝੇ ਨਫ਼ਰਤ ਕੇ ਸਿਵਾ ਕੁਛ ਨਾ ਦਿਆ, ਤੁਸੇ ਸ਼ਰਮਿੰਦਾ ਹੂੰ ਹੈ ਮੇਰੀ ਵਫਾ ਕੀ ਦੇਵੀ, ਤੇਰਾ ਮੁਜਰਮ ਹੂੰ ਮੁਸੀਬਤ ਕੇ ਸਿਵਾ ਕੁਛ ਨਾ ਦਿਆ, ਗਮ ਉਠਾਣੇ ਕੇ ਲੀਏ ਮੈਂ ਤੋ ਜੀਏ ਜਾਊਂਗਾ। ਵਾਹ ਵਾਹ ਮਾਸਟਰ ਜੀ, ਬਹੁਤ ਸੋਹਣਾ, ਬਹੁਤ ਹੀ ਸੋਹਣਾ ਤੁਸੀਂ ਗਾਇਆ, ਮੈਨੂੰ ਤਾਂ ਬਹੁਤ ਵਧੀਆ ਲੱਗਿਆ। ਉਮੀਦ ਕਰਦਾ ਸਾਡੇ ਜਿਹੜੇ ਦਰਸ਼ਕ ਵੀਰ ਭੈਣ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਪਸੰਦ ਆਇਆ ਹੋਵੇਗਾ। ਜੇ ਤੁਹਾਨੂੰ ਮਾਸਟਰ ਜੀ ਦੀ ਆਵਾਜ਼ ਵਧੀਆ ਲੱਗੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਮਾਸਟਰ ਜੀ ਦਾ ਨੰਬਰ ਜਿਹੜਾ ਹੈ ਸਕਰੀਨ 'ਤੇ ਆ ਰਿਹਾ, ਤੁਸੀਂ ਮਾਸਟਰ ਜੀ ਨਾਲ ਸੰਪਰਕ ਕਰਨਾ ਚਾਹੋ। ਜੇ ਕੋਈ ਮਿਊਜ਼ਿਕ ਕੰਪਨੀ ਵਾਲਾ ਵੀਰ ਭੈਣ ਵੀ ਦੇਖ ਰਿਹਾ ਜੇ ਉਹ ਵੀ ਸੰਪਰਕ ਕਰਨਾ ਚਾਹਣ ਤਾਂ ਜ਼ਰੂਰ ਸੰਪਰਕ ਕਰਿਓ। ਜਿਵੇਂ ਇਹਨਾਂ ਨੇ ਪਹਿਲੇ ਦੱਸਿਆ ਸੀਗਾ ਕਿ ਹੀਰੇ ਬਹੁਤ ਨੇ ਬਟ ਉਹਨਾਂ ਨੂੰ ਲੱਭਣਾ ਪੈਂਦਾ, ਸਾਨੂੰ ਹੀਰਾ ਮਿਲ ਗਿਆ ਅਤੇ ਤੁਹਾਡੇ ਸਾਰਿਆਂ ਦੇ ਰੂਬਰੂ ਅਸੀਂ ਕਰਤਾ। ਅੱਗੇ ਤੁਸੀਂ ਇਹਨਾਂ ਦੀ ਆਵਾਜ਼ ਦੁਨੀਆ ਤੱਕ ਪਹੁੰਚਾਉਣਾ ਤੁਹਾਡੀ ਰਿਸਪੋਂਸੀਬਿਲਟੀ ਹੈ, ਸੱਚ ਸੀ ਆਪਣਾ ਜਿਹੜਾ ਫਰਜ਼ ਸੀਗਾ ਉਹ ਨਿਭਾ ਦਿੱਤਾ ਹੈ। ਸੋ ਮਾਸਟਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ।